ਪਹਿਲਾਂ ਤਾਂ ਇੱਕ ਅਜਿਹੇ ਵੀਸੀ ਨੂੰ ਹੁਣ ਉੱਥੇ ਵੀਸੀ ਵਾਈਸ ਚਾਂਸਲਰ ਬਣਾਇਆ ਗਿਆ ਜਿਹੜਾ ਬੰਦਾ ਪਹਿਲਾ ਵੀਸੀ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਿਆ ਨਹੀਂ ਹੈ ਜਦਕਿ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਹੋਰ ਸਾਡੇ ਚੀਫ ਜਸਟਿਸ ਜਨਰਲ ਸਾਰੇ ਪੜ੍ਹੇ ਹੋਏ ਨੇ ਕਿਸੇ ਤੋਂ ਪਾਸੇ ਹਟਾ ਕੇ ਇੱਕ ਬੰਦਾ ਲਿਆਂਦਾ ਗਿਆ ਉਸਨੇ ਸੈਨੇਟ ਦੇ ਇਲੈਕਸ਼ਨ ਪਹਿਲਾਂ ਨਹੀਂ ਕਰਾਏ ਫਿਰ ਹਾਈ ਕੋਰਟ ਨੇ ਦਖਲ ਦਿੱਤਾ ਤਾਂ ਉਹਨੂੰ ਕਰਾਉਣੇ ਪੈ ਰਹੇ ਹੈ ਨਹੀਂ ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਕਮੇਟੀ ਬਣਾਈ ਕੀਤੀਆਂ ਅਜਿਹੀਆਂ ਸਿਫਾਰਿਸ਼ਾਂ ਸੀ ਕਿ ਇਹਦਾ ਜਿਹੜਾ ਸਵਰੂਪ ਹੈ ਡੈਮੋਕ੍ਰੈਟਿਕ ਸਵਰੂਪ ਇਲੈਕਟਡ ਸਵਰੂਪ ਚੁਣਿਆ ਹੋਇਆ ਸਵਰੂਪ ਉਹਨੂੰ ਬਦਲ ਕੇ ਨੋਮੀਨੇਟਡ ਕਰ ਤਾਂ ਜੋ ਏਜੰਡਾ ਲਾਗੂ ਕਰ ਜੇ ਏਜੰਡੇ ਆ ਇਹਨਾਂ ਦਾ ਕਾਮਯਾਬ ਹੋ ਗਿਆ ਪੰਜਾਬ ਦੇ ਹੱਥੇ ਧਰੋਹਰ ਨਹੀਂ ਰਹਿਣੀ ਅਸੀਂ ਇਹਨੂੰ ਬਚਾਉਣਾ ਹੈ ਸਾਡੀਆਂ ਸਰਕਾਰਾਂ ਪਹਿਲਾਂ ਹੀ ਪੰਜਾਬ ਦੇ ਰਾਈਟਸ ਦੇ ਚੁੱਕੀਆਂ ਨੇ ਕੇਂਦਰ ਦੇ ਹੱਥ ਲਿਖ ਲਿਖ ਕੇ ਹੁਣ ਨਹੀਂ ਅਸੀਂ ਜਾਣਦੇ ਨਹੀਂ ਇਹਨਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਸਾਨੂੰ ਜਾਗਣਾ ਪੈਣਾ ਆਪਦੇ ਹੱਕਾਂ ਲਈ ਸੋ ਪਲੀਜ਼ ਜਾਗੋ ਹੁਣ ਇਹ ਯੂਨੀਵਰਸਿਟੀ ਸਾਡੀ ਔਰ ਪੰਜਾਬ ਪੰਜਾਬ ਦੇ ਨਾਂ ਦੀ ਯੂਨੀਵਰਸਿਟੀ ਹੈ ਜੀ ਇਹ ਵੀ ਸਭ ਤੋਂ ਬੋਲੀ ਸਭ ਤੋਂ ਪਹਿਲਾਂ ਪੰਜਾਬੀ ਨੂੰ ਕਿਹਾ ਲੱਗਾ ਤੁਸੀਂ ਆਪਣੇ ਪਹਿਲਾਂ ਨੁਮਾਇੰਦੇ ਚੰਗੇ ਜੋੜੋ ਇਹ ਮੈਨੂੰ ਲੱਗਦਾ ਫਿਰ ਸਾਡਾ ਕੰਮ ਨਹੀਂ ਰਹਿ ਜੂਗਾ ਫਿਰ ਉਹ ਨੁਮਾਇੰਦੇ ਕੰਮ ਕਰ ਸਤਿ ਸ਼੍ਰੀ ਅਕਾਲ ਹੁਣ ਤੁਸੀਂ ਫਿਰ ਸੋਚੋਗੇ ਫਿਰ ਬਹਿ ਕੇ ਦੋ ਜਣੇ ਪਰ ਕਾਰਜ ਇਹ ਵੀ ਸਮਾਜਿਕ ਹੈ ਸਾਡਾ ਕਾਰਜ ਹੈ ਤੁਹਾਡਾ ਕਾਰਜ ਹੈ ਆਪਣਾ ਸਭ ਦਾ ਕਾਰਜ ਹੈ ਗੱਲ ਬੜੇ ਕੰਮ ਦੀ ਹੈ ਗੱਲ ਇਹ ਹੈ ਬਈ ਜਿਹੜੀ ਦਿੱਲੀ ਆ ਉਹ ਇੱਕ ਇੱਕ ਚੀਜ਼ ਕਰਕੇ ਸਾਰੇ ਹੱਕ ਖਤਮ ਕਰ ਰਹੀ ਪੰਜਾਬ ਯੂਨੀਵਰਸਿਟੀ ਇੱਥੇ ਕਿੰਨੇ ਸਟੂਡੈਂਟ ਸਾਡੇ ਵਿਦਵਾਨ ਸਿਆਸਤਦਾਨ ਪੜ੍ਹ ਕੇ ਗਏ ਹੈ ਪਰ ਹੁਣ ਉਹ ਕੀ ਕਰ ਰਹੇ ਹੈ ਇੱਥੇ ਹੁੰਦੀ ਹੈ ਇਲੈਕਸ਼ਨ ਸੈਨੇਟ ਦੀ ਜਿਨ੍ਹਾਂ ਦੀਆਂ ਵੋਟਾਂ ਹੁੰਦੀਆਂ ਜਿਹੜੇ ਸਟੂਡੈਂਟ ਆ ਪੁਰਾਣੇ ਉਹ ਵੋਟਾਂ ਪਾ ਕੇ ਚੁਣਦੇ ਹੈ ਪਰ ਸਰਕਾਰ ਇਹਨੂੰ ਵਰਕਿੰਗ ਡੇ 'ਚ ਰੱਖ ਕੇ ਨਾ ਸਕੀਮ ਖੇਡ ਰਹੇ ਕਿ ਬਹੁਤ ਲੋਕ ਵੋਟ ਹੀ ਨਾ ਪਾ ਸਕਣ ਕਿਉਂਕਿ ਉਹਨਾਂ ਦੀ ਪਲਾਨਿੰਗ ਹੀ ਹੈ ਭਵਿੱਖ 'ਚ ਵੀ ਇਹ ਕਾਰ ਜਿਹੜਾ ਹੁੰਦਾ ਸਾਰਾ ਇਹਨੂੰ ਖਤਮ ਕਰਕੇ ਆਪਦੇ ਵੱਲੋਂ ਹੀ ਥੋਪਦੀ ਹੈ ਬੰਦੇ ਆਪ ਏਜੰਡਾ ਲਾਗੂ ਕਰ ਏਜੰਡਾ ਆਪਦਾ ਉਹਦੇ 'ਚ ਫਿਰ ਇਹ ਮਨਮਰਜ਼ੀ ਦਾ ਸਿਲੇਬਸ ਪੜ੍ਹਾਉਣਗੇ ਸਾਡੇ ਜਿਹੜਾ ਸਾਡਾ ਚੰਗਾ ਅਤੀਤ ਹੈ ਉਹਦੇ ਤੋਂ ਸਾਡੇ ਬੱਚੇ ਜਾਣੂ ਤਾਂ ਮੈਨੂੰ ਲੱਗਦਾ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਹਨੂੰ ਵੋਟ ਪਾਓ ਇਹਨੂੰ ਪਾਓ ਸਾਰੇ ਆਪਣੇ ਆ ਚੰਗੇ ਬੰਦਿਆਂ ਨੂੰ ਪਾਉਣੀਆਂ ਜਿਹੜੇ ਪੰਜਾਬ ਦੇ ਪੰਜਾਬੀ ਦੇ ਲਈ ਡਟ ਕੇ ਖੜਨ ਅਤੇ ਇਹ ਜਿਹੜਾ ਸੈਂਟਰ ਸਰਕਾਰ ਦੀ ਚਾਲ ਹੈ ਇਹਨੂੰ ਨਾਕਾਮ ਕਰਦਾ ਅੱਗੇ ਤੁਸੀਂ 1881 ਦੇ ਵਿੱਚ ਯੂਨੀਵਰਸਿਟੀ ਬਣੀ ਹੈ ਪੰਜਾਬ ਯੂਨੀਵਰਸਿਟੀ ਉਦੋਂ 2-3 ਯੂਨੀਵਰਸਿਟੀਆਂ ਬਣੀਆਂ ਸੀ ਉਹਨਾਂ 'ਚ ਇੱਕ ਸੀ ਹਿੰਦੁਸਤਾਨ ਦੇ ਵਿੱਚ ਇਹ ਪਹਿਲਾਂ ਲਾਹੌਰ 'ਚ ਸਥਾਪਿਤ ਸੀ ਫਿਰ ਇਹ ਜਦੋਂ ਸਾਡਾ ਵੰਡ ਹੁੰਦੀ ਹੈ ਉਦੋਂ ਇਹ ਹੁਸ਼ਿਆਰਪੁਰ ਅਤੇ ਇੱਥੇ ਆ ਗਈ ਸ਼ਿਮਲੇ ਇਹ ਉਦੋਂ ਪੰਜਾਬ ਯੂਨੀਵਰਸਿਟੀ ਐਕਟ ਦੇ ਤਹਿਤ ਇਹਨੂੰ ਰੱਖਿਆ ਗਿਆ ਸੀ ਸੰਵਿਧਾਨ 'ਚ ਉਸ ਤੋਂ ਬਾਅਦ ਜਦੋਂ ਰੀਓਰਗਨਾਈਜੇਸ਼ਨ ਹੁੰਦਾ ਹੈ ਐਕਟ ਬਣਦਾ ਸਾਡਾ ਪੰਜਾਬੀ ਸੂਬਾ ਹੋਣ 'ਚ ਆਉਂਦਾ ਹੈ ਉਦੋਂ ਇਹ ਸਾਰੀ ਯੂਨੀਵਰਸਿਟੀ ਨੂੰ ਚੱਕ ਕੇ ਚੰਡੀਗੜ੍ਹ ਸਥਾਪਿਤ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹਦੀ ਪਰਫਾਰਮੈਂਸ ਕਮਾਲ ਦੀ ਸੀ ਚਾਹੇ ਖੇਡਾਂ 'ਚ ਹੋਵੇ ਪੜ੍ਹਾਈ 'ਚ ਹੋਵੇ ਕਲਚਰਲੀ ਹੋਵੇ ਕਿਸੇ ਵੀ ਚੀਜ਼ 'ਚ ਹੋਵੇ ਜਿਵੇਂ ਬੱਬੂ ਨੇ ਕਿਹਾ ਤੁਸੀਂ ਜਿਵੇਂ ਕੋਈ ਚੀਜ਼ ਚੇਂਜ ਕਰਨੀ ਹੋਵੇ ਤਾਂ ਉਹਦੀ ਪਰਫਾਰਮੈਂਸ ਖਰਾਬ ਹੋਊਗੀ ਨਾ ਉਹ ਇਹਦੀ ਨਹੀਂ ਬਟ ਆਪਦਾ ਏਜੰਡਾ ਲਾਗੂ ਕਰਨਾ ਇਸ ਲਈ ਕੀ ਕੀਤਾ ਗਿਆ ਪਹਿਲਾਂ ਤਾਂ ਇੱਕ ਅਜਿਹੇ ਵੀਸੀ ਨੂੰ ਹੁਣ ਉੱਥੇ ਵੀਸੀ ਵਾਈਸ ਚਾਂਸਲਰ ਬਣਾਇਆ ਗਿਆ ਜਿਹੜਾ ਬੰਦਾ ਪਹਿਲਾ ਵੀਸੀ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਿਆ ਨਹੀਂ ਹੈ ਜਦਕਿ ਇੱਥੇ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਹੋਰ ਸਾਡੇ ਚੀਫ ਜਸਟਿਸ ਜਨਰਲ ਸਾਰੇ ਪੜ੍ਹੇ ਹੋਏ ਨੇ ਕਿਸੇ ਤੋਂ ਪਾਸੇ ਹਟਾ ਕੇ ਇੱਕ ਬੰਦਾ ਲਿਆਂਦਾ ਗਿਆ ਉਸਨੇ ਸੈਨੇਟ ਦੇ ਇਲੈਕਸ਼ਨ ਪਹਿਲਾਂ ਨਹੀਂ ਕਰਾਏ ਫਿਰ ਹਾਈ ਕੋਰਟ ਨੇ ਦਖਲ ਦਿੱਤਾ ਤਾਂ ਉਹਨੂੰ ਕਰਾਉਣੇ ਪੈ ਰਹੇ ਹੈ ਨਹੀਂ ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਕਮੇਟੀ ਬਣਾਈ ਕੀਤੀਆਂ ਅਜਿਹੀਆਂ ਸਿਫਾਰਿਸ਼ਾਂ ਸੀ ਕਿ ਇਹਦਾ ਜਿਹੜਾ ਸਵਰੂਪ ਹੈ ਡੈਮੋਕ੍ਰੈਟਿਕ ਸਵਰੂਪ ਇਲੈਕਟਡ ਸਵਰੂਪ ਚੁਣਿਆ ਹੋਇਆ ਸਵਰੂਪ ਉਹਨੂੰ ਬਦਲ ਕੇ ਨੋਮੀਨੇਟਡ ਕਰ ਦਿਓ ਤਾਂ ਜੋ ਏਜੰਡਾ ਲਾਗੂ ਕਰ ਸਕੋ ਬਟ ਇਹ ਕਿਹੜਾ ਡੈਮੋਕ੍ਰੈਟਿਕ ਸਵਰੂਪ ਹੈ ਇਹ ਖਿਲਿਆ ਹੋਇਆ ਫੁੱਲ ਹੈ ਯਾਰ ਤਰ੍ਹਾਂ ਤਰ੍ਹਾਂ ਦੇ ਬੰਦੇ ਸੈਕੂਲਰ ਬੰਦੇ ਤਾਂ ਹੀ ਤਾਂ ਯੂਨੀਵਰਸਿਟੀ ਪ੍ਰਫੁੱਲਤ ਹੋਈ ਹੈ ਤਾਂ ਹੀ ਤਾਂ ਇੱਥੋਂ ਤੱਕ ਪਹੁੰਚੀ ਹੈ ਨਹੀਂ ਤਾਂ ਕਿਵੇਂ ਪਹੁੰਚਦੀ ਹੁਣ ਇਹਨਾਂ ਨੇ ਕੀ ਕਰ ਲਿਆ ਉਹਦੇ 'ਚ ਕਿ ਇਲੈਕਸ਼ਨ ਜਦੋਂ ਹਾਈ ਕੋਰਟ ਨੇ ਦਖਲ ਦਿੱਤਾ ਹੁਣ ਇਲੈਕਸ਼ਨ ਕਰਾਉਣੇ ਪੈਣਗੇ ਸੈਨੇਟ ਦੇ ਤਾਂ ਪਹਿਲਾਂ ਤਾਂ ਰੱਖਿਆ ਵਰਕਿੰਗ ਡੇ ਦੇ ਵਿੱਚ ਬੱਬੂ ਨੇ ਜ਼ਿਕਰ ਕੀਤਾ ਕਿ ਸਾਰੇ ਪਾਉਣ ਪੈਣ ਵੋਟਾਂ ਨਾ ਪਾਉਣ ਹੁਣ ਪੰਜਾਬ ਦੀ ਸਰਕਾਰ ਗਈ ਹੈ ਉਹਦੇ ਵਿੱਚ ਹਾਈ ਕੋਰਟ 'ਚ ਸ਼ਾਇਦ ਇਹਨੂੰ ਸੰਡੇ 'ਤੇ ਸ਼ਿਫਟ ਕਰਨ ਚਾਹੇ ਕਰਨ ਚਾਹੇ ਨਾ ਕਰਨ ਤੁਹਾਨੂੰ ਸਾਡੀ ਅਪੀਲ ਹੈ ਕਿ ਸਾਰੇ ਬਾਹਰ ਨਿਕਲੋ ਔਰ ਇਹ ਜਿਹੜਾ ਏਜੰਡਾ ਹੈ ਇਹਨੂੰ ਲਾਗੂ ਨਾ ਹੋ ਸਕੇ ਸਾਡੇ ਟੋਟਲ ਸੈਨੇਟ ਦੇ 95 ਬੰਦੇ ਹੁੰਦੇ ਨੇ 36 ਸਿੱਧੇ ਨੋਮੀਨੇਟਡ ਨੇ 6 ਜਿਵੇਂ 2 MLA 2 ਮੁੱਖ ਮੰਤਰੀ ਹਰਿਆਣੇ ਦੇ ਪੰਜਾਬ ਦਾ ਇੱਕ DPRO ਔਰ ਇੱਕ ਫਾਈਨਾਂਸ ਮਿਨਿਸਟਰ ਪੰਜਾਬ ਦਾ ਇਹ 6 ਉਵੇਂ ਆਉਂਦੇ ਨੇ ਜਿਹੜੇ ਬਾਕੀ 49 ਨੇ ਉਹ ਚੁਣੇ ਜਾਣੇ ਆ 18 ਤਰੀਕ ਨੂੰ ਪੋਸਟ ਗ੍ਰੈਜੂਏਟ ਜਿਹੜੀ ਕੈਟਾਗਰੀ ਹੈ ਉਹਦੇ ਵਿੱਚ ਸਾਡੇ
15 बंदे चुने जाने 43 ओहदे च खड़े होए आ। साढ़े भी 3 बंदे दोस्त ने जिहड़े बड़े चंगे ने, दयाल प्रताप सिंह रंधावा अपना डॉक्टर हरजोत सिंह ते रणवीर सिंह बिल्ला। बट असीं नहीं कहांगे इन्हां नूं पाओ, असीं इन्हां तिन्नां नूं भी कह बाकियां नूं भी कह रहे हैं कि सोशल मीडिया ते आपदा स्टेटस साफ करो कि तुसीं पंजाब लई ते पंजाबीयत लई खड़ोंगे अड़ोंगे बिना पार्टी लाइन लिया तां तुहानूं लोक वोट पाउणगे। मेरी बाकियां नूं भी तकीद है साढ़े दोनों वालों कि बाहर आके इन्हां नूं जिताओ इहो जिहा बंदियां नूं जिहड़े खड़ सकन। हुण बापू सब तों जो माड़ी गल हो रही है कि पंजाब दे जिन्ने कॉलेजेस ने बाकी सिवाय फतेहगढ़ साहब तो अगे दे सारे पंजाब यूनिवर्सिटी चो कढ रहे ने, इन्हां ने जो सिफारशां कीतियां जे एजेंडे आ इन्हां दा कामयाब हो गया पंजाब दे हत्थे धरोहर नहीं रहनी। असीं इहनूं बचाउणा है, साडियां सरकारां पहले ही पंजाब दे राइट्स दे चुकियां ने केंद्र दे हत्थ लिख लिख के, हुण नहीं असीं जाणदे नहीं इन्हां तों सानूं कोई उम्मीद नहीं, सानूं जागना पैणा आपदे हक्कां लई। सो प्लीज जागो, प्लीज तुसीं वी आपदे वल्लों एक मुद्दा है। इस फिर अगले भी आप चर्चा करते रहेंगे जिदा कि पंजाबी जी भाषा है स्कूलों लागू होनी चाहिए है, पर ये की है कि या तो साढ़े चुने हुए नुमाइंदे कर सकते जी सरकार होंगी हुकूमत वाले उन्होंने शायद ये काम नहीं करने क्योंकि उन्होंने कोई इन्ना वक्त ही नहीं है। पहला नहीं किए गड्डिया सड़कों से भजिया फिर पर काम नहीं हो रहा, बिना सिफारिश तो कुछ नहीं हो रहा। तो इस करके ये जरूरी नहीं कि मैं या अमितोज या होर अपने सज्जन जो भज नट करते हैं यही काम करना, ये तो जिन्हों जो स्कूल नेड़े पैंदा उत्थे थोनों जाना पवेगा। पहला उन्होंने प्यार ना बेनती करनी पवेगी कानून के दायरे च रह के भी भाई भी पंजाबी तुसी अपने पद्धर दे लागू कर दो, जे नहीं तो फिर हर बंदे नूं जिहड़ा स्कूल नेड़े उत्थे जाके भेजना पवेगा तां इह काम होणा है। नहीं तो एक दूजे के सिर ते रहांगे या तमाशा भी मार के तमाशा देखांगे तो फिर पहला भी बहुत कुछ गया तो फिर यह भी जाता रहा। हुण यूनिवर्सिटी साडी और पंजाब पंजाब के नाम की यूनिवर्सिटी है जी, ये भी सातों को सब तो पहले पंजाबी नूं केल कर लो। हाँ तुसी अपने पहले नुमाइंदे चंगे चुनो, फिर मैनू लगता है फिर साडा काम नहीं रह जाऊगा, फिर वह नुमाइंदे काम करेंगे सारिया कैटागरिया। प्लीज बाहर निकल के वोट पाओ और आपके हकों की राखी करो। सत श्री अकाल।